यूट्यूब ते फेसबुक ते। जी सर जितेंद्र सिंह जी धन्यवाद तुहाडा बहुत बहुत वाहेगुरु जी का खालसा वाहेगुरु वाहिगुरु जी जी की की फतेह। फतेह, सत श्री अकाल। वाहेगुरु जी का खालसा वाहेगुरु जी की फतेह जी। भाई साहब, खालसा एड इस समय वर्ल्ड च कित्थे कित्थे सर्व कर रही है जी? हाँ जी, इस वक्त तक कोविड करके ऐसी यूके, इतने अपने कनेडा, यूएस, ऑस्ट्रेलिया, इंडिया ते इराक दे विच ऐसी सेवा करते हैं। अच्छा, कर की रहे हैं आप जब खालसा एड? मान लो भी किसी भी देश दे विच है, जिवें इराक वार टोन रीजन है, बड़ा औखा है, भारत है, कितने भी खालसा एड फिर उत्थे कर दी की है? इस वक्त हर एक मुल्क विच थोड़ा डिफरेंस है, जिहड़ी उत्थे लोड़ आ उह उस ढंग दे नाल सेवा करदे आ। तो यूके दे विच इन्हां दा फोकस आ ग्रोसरीज, लोकां नूं पहुंचाउणे जिहड़े आइसोलेटेड आ, जे जिहड़े उत्थे जिहड़े हॉस्पिटल वर्कर आ उहनां नूं मील्स पहुंचाउणे आ। इत्थे कनेडा दे विच ऐसी इस वक्त 16 लोकेशनस दे विच आ, अपने बीसी, अलबरटा, मैनिटोबा, ओंटेरियो, क्वेबेक, नोवा स्कोशा ते हुण केप ब्रिटन वी। ਇੱਥੇ ਤਕਰੀਬਨ ਅਸੀਂ 20,000 ਲੋਕਾਂ ਨੂੰ ਜੇ ਗਰੋਸਰੀ ਜੇ ਸਬਸਕ੍ਰਿਪਸ਼ਨਸ ਪਹੁੰਚਾਤੇ ਆ, ਜੇ ਅਸੀਂ ਫੂਡ ਬੈਂਕਾਂ ਨੂੰ ਵੀ ਗਰੋਸਰੀਆਂ ਦੇਤੀਆਂ। ਤੇ US ਤੇ ਇਹ ਸੇਮ ਸੇਵਾ ਹੁੰਦੀ ਆ। ਹੁਣ ਉੱਥੇ ਤੁਹਾਨੂੰ ਪਤਾ US ਦੇ ਵਿੱਚ ਬਿਮਾਰੀ ਫੈਲੀ ਹੋਈ ਬਹੁਤ ਆ, ਤੇ ਉੱਥੇ ਹੁਣ ਨਿਊਯਾਰਕ ਦੇ ਵਿੱਚ ਤੇ ਹੋਰ 15 ਸਟੇਟਾਂ ਦੇ ਵਿੱਚ ਉੱਥੇ ਸੇਵਾ ਹੁੰਦੀ ਆ। ਤੇ ਆਸਟ੍ਰੇਲੀਆ ਵੀ ਸੇਮ ਸੇਵਾ ਗਰੋਸਰੀ ਆ, ਜ਼ਿਆਦਾ ਤਾਂ ਇੱਥੇ ਆਸਟ੍ਰੇਲੀਆ ਅਤੇ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਦੀ ਸੇਵਾ ਹੁੰਦੀ ਆ, ਜਿਹੜੇ ਹੁਣ ਜਿਹੜੇ ਜੈਨੀ ਵਿੱਚ ਆਏ ਸੀ ਉਹਨਾਂ ਨੇ ਜਿਹੜਾ ਪੈਸਾ ਨਹੀਂ ਬਣਾਇਆ, ਜੇ ਪਹਿਲਾਂ ਆਏ ਸੀ ਜੋਬਾਂ ਉਹਨਾਂ ਦੀਆਂ ਚੱਲ ਗਈਆਂ ਤੇ ਉਹਨਾਂ ਨੂੰ ਹੁਣ ਲੋੜ ਆ ਗਰੋਸਰੀਆਂ ਲਈ। ਜੀ ਸਰ, ਇਹ ਸਿਸਟਮ ਕਿੱਦਾਂ ਚੱਲਦਾ ਹੈ? ਕਿੱਦਾਂ ਵਾਲੰਟੀਅਰਸ ਤੁਹਾਡੇ ਨਾਲ ਜੁੜਦੇ ਨੇ ਔਰ ਕਿੱਦਾਂ ਏਡ ਜਾਂਦੀ ਹੈ? ਕਿੱਦਾਂ ਅਪਰੋਚ ਹੁੰਦਾ ਹੈ ਅਗਰ ਇੱਕ ਇਨਸਾਨ ਨੂੰ ਸਮਝ ਆਉਣਾ ਚਾਹੇ ਕਿ ਉਹ ਕਿੱਦਾਂ ਜੁੜ ਸਕਦੇ ਨੇ? ਸੋ ਇਸ ਵਕਤ ਅਸੀਂ ਹੋਟਲਾਈਨ ਲਾਏ ਵਾ ਜਿੱਥੇ ਤੁਸੀਂ ਫੋਨ ਕਰ ਸਕਦੇ ਆ। ਸਾਡੇ ਪਹਿਲਾਂ ਵੀ ਜਿਹੜੀਆਂ ਟੀਮਾਂ ਇਸਟੈਬਲਿਸ਼ ਹੋਈਆਂ ਆ, ਅਸੀਂ ਉਹਨਾਂ ਦੇ ਨਾਲ ਸੇਵਾ ਵਧਾਉਂਦੇ ਹਾਂ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਜਿਹਨ ਟੋਰੋਂਟੋ, ਮੌਂਟਰੀਅਲ, ਵੈਂਕੂਵਰ, ਵਿਕਟੋਰੀਆ, ਨਨਾਈਮੋ, ਅਸੀਂ ਪਹਿਲਾਂ ਟੀਮਾਂ ਸਾਡੀਆਂ ਚੱਲਦੀਆਂ ਰਹੀਆਂ, ਉਹ ਉਹਨਾਂ ਦੇ ਨਾਲ ਫਿਰ ਵਾਲੰਟੀਅਰ ਜੁੜ ਜਾਂਦੇ ਆ। ਪਰ ਹਮੇਸ਼ਾ ਇਸ ਵਕਤ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦਿੰਦੇ ਹਾਂ ਪਹਿਲਾਂ ਕਿ ਤੁਹਾਨੂੰ ਆਪਣੀ ਪਰਸਨਲ ਸੇਫਟੀ ਦਾ ਕੀ ਸੋਚਣਾ ਪੈਣਾ। ਤੇ ਅਸੀਂ ਚਾਹੁੰਦੇ ਨਹੀਂ ਕਿ ਹਰ ਇੱਕ ਦਿਨ ਉਹ ਸੇਮ ਵਾਲੰਟੀਅਰ ਆ ਜਾਵੇ, ਕਿ ਥੋੜ੍ਹਾ ਇੱਕ ਬ੍ਰੇਕ ਵੀ ਹੋਵੇ, ਐਕਸਪੋਜ਼ਰ ਘੱਟ ਹੋਵੇ ਬਿਮਾਰੀ ਨੂੰ। ਭਾਈ ਸਾਹਿਬ, ਜਾਂ ਰਵੀ ਸਿੰਘ ਹੁਣੀ ਆਪ ਕੁਰਦਿਸਤਾਨ ਦੇ ਵਿੱਚ ਜਜ਼ੀਦੀ ਲੋਕਾਂ ਦੇ ਵਿੱਚ, ਜਿੱਥੇ ਮਤਲਬ ਨਾਲੋਂ ਪਤਾ ਨਹੀਂ ਕੌਣ ਕਿਹਨੂੰ ਚੁੱਕ ਕੇ ਲੈ ਜੂਗਾ ਅਤੇ ਉਹਨੂੰ ਮਾਰ ਦੇਣਗੇ, ਉਹਨੂੰ ਵੇਚ ਦੇਣਗੇ, ਪਤਾ ਹੀ ਨਹੀਂ ਕੀ, ਉਹੋ ਜਿਹੀ ਜਗ੍ਹਾ 'ਤੇ ਜਾ ਕੇ ਵੀ ਰਵੀ ਸਿੰਘ ਖਾਲਸਾ ਤੁਹਾਡਾ ਭਾਈਚਾਰਾ ਸਾਰਾ ਗਰੁੱਪ ਜਾ ਕੇ ਖੜਦਾ ਹੈ, ਇਹ ਅੰਦਰ ਮਤਲਬ ਇਹ ਮਨ ਦੇ ਵਿੱਚ ਐਡਾ ਕਿੱਡਾ ਕੁ ਚਾਅ ਜਿਹੜਾ ਹੈ ਸਰਵ ਕਰਨ ਦਾ, ਇਹ ਇਹਦੇ ਪਿੱਛੇ? ਕਿਉਂਕਿ ਆਮ ਤਾਂ ਲੋਕਾਂ 'ਚ ਸਰਵ ਕਰ ਸਕਦਾ ਬੰਦਾ, ਪਰ ਜਿੱਥੇ ਖਤਰਾ ਬਹੁਤਾ ਜਾਣਦਾ ਜੀ, ਉੱਥੇ ਵਲੰਟੀਅਰ ਜਿਹੜੇ ਜਾਂਦੇ ਨੇ ਉਹ ਕੀ ਸੋਚਦੇ? ਜਦੋਂ ਅਸੀਂ ਆਪਣੇ ਇਤਿਹਾਸ ਦੇਖਦੇ ਹਾਂ, ਅਸੀਂ ਇਹੀ ਕਰਦੇ ਹੁੰਦੇ ਸੀ ਤੇ ਮਨ ਸੀ ਦਾਤ ਸਾਹਿਬ ਇੱਕ ਪਹੁੰਚਾਉਂਦੇ, ਜੇ ਕਿਸੇ ਜਿੱਥੇ ਕਿਸੇ ਨੂੰ ਲੋੜ ਆ ਅਸੀਂ ਉੱਥੇ ਹਮੇਸ਼ਾ ਜਾਂਦੇ ਹਾਂ। ਤੇ ਅਸੀਂ ਵੀ ਇਹੀ ਮਹਿਸੂਸ ਕੀਤਾ ਕਿ ਜਦੋਂ ਅਸੀਂ ਇਰਾਕ ਜਾਂਦੇ ਹਾਂ ਜਾਂ ਅਫਰੀਕਾ ਜਾਂਦੇ ਹਾਂ, ਸਾਡੀ ਜਿਹੜੀ ਸਿੰਸੈਰਿਟੀ ਆ ਕਿ ਉਹਨਾਂ ਨੂੰ ਦੀਦਾ ਅਸੀਂ ਸਿਰਫ ਕੁਛ ਹੋਰ ਨਹੀਂ ਕਰਨਾ, ਸਿਰਫ ਉਹਨਾਂ ਦੀ ਮਦਦ ਕਰਨੀ, ਉਹਨਾਂ ਦੀ ਉਹਨਾਂ ਲਈ ਸੇਵਾ ਕਰਨੀ ਆ, ਅਤੇ ਉਹ ਵੀ ਨਾਲ ਹੀ ਜੁੜ ਜਾਂਦੇ ਹੁੰਦੇ ਆ। ਅਤੇ ਜਿਹੜੀ ਲੋਕਲ ਟੀਮਾਂ ਹੁੰਦੀ ਹੈ ਜਿਹੜੇ ਉੱਥੇ ਰਹਿੰਦੇ ਹੁੰਦੇ, ਜੇ ਵੀ ਉਹ ਸਿੱਖ ਹੋਵੇ ਜਨਾਹ ਸਿੱਖ ਹੋਵੇ, ਉਹਨਾਂ ਦੇ ਭਰੋਸੇ 'ਤੇ ਅਸੀਂ ਆਉਂਦੇ ਹਾਂ, ਉਹੀ ਸਾਨੂੰ ਪ੍ਰੋਟੈਕਟ ਕਰਦੇ, ਉਹੀ ਸਾਡੀ ਲੁੱਕ ਆਫਟਰ ਕਰਦੇ ਹੁੰਦੇ ਆ, ਅਤੇ ਉਹੀ ਸਾਨੂੰ ਸੇਵਾ ਕਰਨ ਦਿੰਦੇ ਆ। ਜੀ ਸਰ, ਜਿੱਦਾਂ ਇਸ ਵਾਰੀ ਵਿਸਾਖੀ ਇੱਕ ਨਵੇਂ ਅੰਦਾਜ਼ ਤੋਂ ਵੇਖੀ ਗਈ ਹੈ, ਅਸੀਂ ਉਹ ਸਮਝ ਸਕਦੇ ਹਾਂ ਕਿ ਸਾਨੂੰ ਸਭ ਨੂੰ ਗੁਰੂਆਂ ਦਾ ਮੈਸੇਜ ਆਉਂਦਾ ਹੈ ਕਿ ਕਿਰਤ ਕਰੋ, ਵੰਡ ਕੇ ਛਕੋ ਅਤੇ ਨਾਮ ਜਪੋ, ਅਤੇ ਇੱਕ ਸਪਿਰਿਟ ਆਫ ਵਿਸਾਖੀ ਨਜ਼ਰ ਆ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਬੰਦਾ ਘਰ ਬੈਠਾ ਹੈ ਉਹ ਕਿੱਦਾਂ ਇਸ ਚੀਜ਼ ਨੂੰ ਆਪਣੇ ਅੰਦਰ ਭਾਵ ਲਿਆ ਸਕਦਾ? ਸਭ ਤੋਂ ਵੱਡੀ ਚੀਜ਼ ਤਾਂ ਸਾਡੀ ਕੌਮ ਦੇ ਵਿੱਚ ਹੈ ਸੇਵਾ। ਹੁਣ ਜੇ ਮੈਂ ਤੁਹਾਨੂੰ ਥੋੜ੍ਹੀ ਹਿਸਟਰੀ ਦੱਸ ਦਿਉਂ, 21 ਸਾਲ ਪਹਿਲਾਂ ਹਾਊਸ ਵਿੱਚ ਸ਼ੁਰੂ ਹੋਇਆ ਸੀ, ਉਦੋਂ 300 ਸਾਲ ਅਸੀਂ ਮਨਾਉਂਦੇ ਸੀ, ਅਤੇ ਉਦੋਂ ਤਾਂ ਸਾਡੀ ਦਾੜੀਆਂ ਥੋੜ੍ਹੀਆਂ ਕਾਲੀਆਂ ਸੀ, ਅਸੀਂ ਯੰਗਰ ਸੀ, ਪਰ ਅਸੀਂ ਇਹੀ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੀ ਖਾਲਸੇ ਦੀ ਸਪਿਰਿਟ ਹੈ, ਵਿਸਾਖੀ ਦੀ ਸਪਿਰਿਟ ਆ, ਉਹ ਇਨ ਐਕਸ਼ਨ ਹੋਵੇ। ਸੋ ਅਸੀਂ ਉੱਥੇ ਫਿਰ ਰੈਫਿਊਜੀਆਂ ਦੀ ਮਦਦ ਕੀਤੀ ਸੀ, ਜਦੋਂ ਕੋਸੋਵੋ ਦੀ ਲੜਾਈ ਹੋਈ ਸੀ, 21 ਸਾਲ ਬਾਅਦ ਉਹ ਸੇਮ ਜਿਹੜੀ ਸਪਿਰਿਟ ਆ ਉਹ ਸਾਡੇ ਨਾਲ ਹੀ ਆ, ਅਤੇ ਅਸੀਂ
ਅੱਜ ਤੱਕ ਵੀ ਉਹੀ ਸੇਵਾ ਕਰਦੇ, ਲੋਕਾਂ ਦੀ ਹੈਲਪ ਕਰਨੀ ਆ। ਜਿਹੜੇ ਆਨਲਾਈਨ ਆ ਉਹਨਾਂ ਨੂੰ ਇਹੀ ਆ ਕਿ ਜਿਹਨੂੰ ਤੁਸੀਂ ਸਾਡੇ ਨਾਲ ਗੱਲ ਕਰਦੇ ਆ, ਜੇ ਸਾਨੂੰ ਇੰਟਰਨੈਟ ਤੇ ਸਾਡੇ ਨਾਲ ਗੱਲ ਕਰਦੇ ਆ, ਜੇ ਫੋਨ ਕਰਦੇ, ਤੁਹਾਡਾ ਹੌਸਲਾ ਸਭ ਤੋਂ ਵੱਡਾ ਸਾਡੇ ਲਈ ਆ। ਖਾਲਸਾ ਏਡ ਦੇ ਨਾਲ ਕਨੈਕਟ ਕਰਨ ਲਈ ਜਾਂ ਦਾਨ ਦੇਣ ਲਈ ਜੀ ਸਭ ਤੋਂ ਵਧੀਆ ਪ੍ਰੋਸੈਸ ਕੀ ਆ ਤੇ ਸੇਫ ਕਿੱਥੇ ਆ ਜੇ ਮਨੀ ਕਿਸੇ ਨੇ ਵੀ ਦਾਨ ਦੇਣੀ ਹੈ ਜੀ ਪੈਸਾ ਤੇ? ਹਾਂਜੀ, ਹਰ ਇੱਕ ਕੰਟਰੀ ਦੇ ਵਿੱਚ ਡਿਫਰੈਂਟ ਆ। ਇੰਡੀਆ ਦਾ ਆਪਣਾ ਸਿਸਟਮ ਹੈ, ਯੂਕੇ ਦਾ ਆਪਣਾ। ਇਸ ਵਕਤ ਕੈਨੇਡਾ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਜੇ ਸਾਨੂੰ ਡੋਨੇਸ਼ਨ ਦੇਣੀ ਹੈ ਸਾਨੂੰ ਈ ਟ੍ਰਾਂਸਫਰ ਕਰੇ, ਅਤੇ ਉਹ ਈਮੇਲ ਐਡਰੈਸ ਆ office.canada@khalsaaid.org। ਭਾਈ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ, ਸ਼ੁਭ ਸ਼ਾਮਾਂ। ਮਨੁੱਖਤਾ ਦੀ ਤੁਸੀਂ ਸੇਵਾ ਕਰਦੇ ਆ। ਗੁਰੂ ਪਾਤਸ਼ਾਹ ਚੜ੍ਹਦੀ ਕਲਾ 'ਚ ਤੁਹਾਨੂੰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਧੰਨਵਾਦ, ਧੰਨਵਾਦ ਜੀ। ਜਿਹੜਾ ਨਾ ਜੀ, ਇੱਕ ਵਾਰ ਰਵੀ ਸਿੰਘ ਉਹਨਾਂ ਨੇ ਕੁਰਦਿਸਤਾਨ 'ਚੋਂ ਗਏ ਹੋਏ ਸੀ ਜੀ।